ਸਟਾਰਟਿੰਗ ਦਸਾਂ ਮੱਝਾਂ ਤੋਂ ਸ਼ੁਰੂ ਕੀਤਾ। ਅੱਛਾ। ਅੱਲਾ ਦਾ ਕਰਮ ਇਸ ਟਾਈਮ 35 ਕੁ ਨੇ। ਇਸ ਕਾਰੋਬਾਰ 'ਚ ਬਹੁਤ ਅੱਲਾ ਦਾ ਨਿਨਾਮ ਹੈ, ਅੱਲਾ ਤਾਲਾ ਨੇ ਬਹੁਤ ਨਫ਼ਾ ਦਿੱਤਾ ਇਹਦੇ 'ਚ। ਇਹਦੀ ਵਜ੍ਹਾ ਇਹ ਵੀ ਖੰਗੜੀ ਮੱਝ ਤੁਸੀਂ ਲਓ ਦੇ ਉਹ ਲੱਖ ਸਵਾ ਦੀ ਮਿਲਦੇ ਸੀ, ਜਿਹੜੀ ਤਾਜ਼ੀ ਲਓ ਦੇ ਉਹ ਤੁਹਾਨੂੰ 250 ਤੋਂ ਥੱਲੇ ਨਹੀਂ ਮਿਲਣ ਲੱਗੀ। ਉਹ ਸਾਲ 'ਚ ਤੁਹਾਡੇ ਪੈਸੇ ਨਹੀਂ ਪੂਰੇ ਕਰ ਸਕਦੀ। ਅੱਛਾ, ਠੀਕ ਹੈ। ਅਤੇ ਇਹ ਵੇ ਬਿਹਤਰ ਕਿ ਖੰਗੜੀ ਮੱਝ ਲਓ। ਉਹ ਬੰਦੇ ਹੁੰਦੇ ਨੇ ਜਿਹੜਾ ਆਪਣੇ ਹੱਥੀਂ ਨਹੀਂ ਕਰਦੇ, ਨਾਕਾਮ ਉਹ ਬੰਦੇ ਹੁੰਦੇ ਨੇ ਜਿਹੜੇ ਸਿਰਫ ਮੁਲਾਜ਼ਮਾਂ 'ਤੇ ਰਹਿੰਦੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਅੰਕਲ ਜੀ, ਕੀ ਹਾਲ ਨੇ? ਅੱਲਾ ਦਾ ਕਰਮ ਜੀ। ਅੰਕਲ ਜੀ ਕੀ ਨਾਂ ਹੈ ਅਤੇ ਇਲਾਕਾ ਕਿਹੜਾ? ਨਾਂ ਮੇਰਾ ਜ਼ੁਲਫਕਾਰ ਅਹਿਮਦ ਜੀ, ਇਲਾਕਾ ਸੰਭਲਿਆਲ ਜੀ। ਮਾਸ਼ਾਅੱਲਾ, ਕਿੰਨੇ ਅਰਸੇ ਤੋਂ ਮੱਝਾਂ ਦਾ ਕਾਰੋਬਾਰ ਕਰ ਰਹੇ ਹੋ? ਮੱਝਾਂ ਦਾ ਕਾਰੋਬਾਰ ਕਰ ਰਹੇ ਜੀ ਕੋਈ 35 ਸਾਲ ਤੱਕ। 35 ਸਾਲ ਦਾ ਤਜਰਬਾ ਤੁਹਾਡਾ ਕੈਸਾ ਰਿਹਾ? ਬਹੁਤ ਅੱਛਾ ਰਿਹਾ ਜੀ, ਬੜਾ ਅੱਲਾ ਦਾ ਕਰਮ ਰਿਹਾ ਜੀ। ਪਹਿਲੇ ਸ਼ੁਰੂ ਸਟਾਰਟਿੰਗ ਦਸਾਂ ਮੱਝਾਂ ਤੋਂ ਸ਼ੁਰੂ ਕੀਤਾ, ਅੱਲਾ ਦਾ ਕਰਮ ਇਸ ਟਾਈਮ 35 ਕੁ ਨੇ ਗਾਈਆਂ ਮੱਝਾਂ। ਕੀ ਖੋਇਆ ਅਤੇ ਕੀ ਪਾਇਆ ਇਸ ਕਾਰੋਬਾਰ ਤੋਂ? ਇਸ ਕਾਰੋਬਾਰ 'ਚ ਬਹੁਤ ਅੱਲਾ ਦਾ ਨਿਨਾਮ ਹੈ, ਅੱਲਾ ਤਾਲਾ ਨੇ ਬਹੁਤ ਨਫ਼ਾ ਦਿੱਤਾ ਇਹਦੇ 'ਚ। ਮਾਸ਼ਾਅੱਲਾ, ਇਸ ਟਾਈਮ ਤੁਹਾਡੇ ਕੋਲ ਫਾਰਮ 'ਤੇ ਕਿੰਨੇ ਜਾਨਵਰ ਮੌਜੂਦ ਨੇ? ਸਾਰੇ ਡੰਗਰ ਜਿਹੜੇ ਸਾਡੇ ਕੋਲ 40 ਹੈ। ਠੀਕ ਹੈ, ਗਾਈਆਂ ਅਤੇ ਮੱਝਾਂ ਪਾਲ ਅਤੇ 40 ਮੌਜੂਦ ਤੁਹਾਡੇ ਕੋਲ ਨਸਲ ਕਿਹੜੀ ਕਿਹੜੀ? ਗਾਈਆਂ ਦੀ ਕਿਹੜੀ ਨਸਲ ਅਤੇ ਮੱਝਾਂ ਦੀ ਕਿਹੜੀ ਨਸਲ ਜੇ? ਗਾਈਆਂ ਜੇ ਸਾਡੇ ਕੋਲ ਆਸਟ੍ਰੇਲੀਅਨ ਜੇ, ਮੱਝਾਂ ਜਿਹੜੀਆਂ ਜੇ ਬੂਰੇ ਦੀਆਂ ਜੇ, ਕੋਈ ਵਿਆਲੀ ਦੀਆਂ ਜੇ, ਕੋਈ ਆਰਫਾਲੇ ਦੀਆਂ। ਅੱਛਾ, ਆਸਟ੍ਰੇਲੀਅਨ ਨਸਲ ਜਿਹੜੀ ਗਾਵਾਂ ਨੇ ਉਹਨਾਂ ਦੀ ਕੀ ਪਹਿਚਾਣ ਹੈ ਅਤੇ ਜਿਹੜੀ ਬੂਰੇ ਵਿਹਾੜੀ ਦੀ ਮੱਝਾਂ ਨੇ ਉਹਨਾਂ ਦੀ ਕੀ ਪਹਿਚਾਣ ਹੈ? ਆਸਟ੍ਰੇਲੀਅਨ ਦੀ ਗਾਂ ਜਿਹੜੀ ਜੇ ਉਹ ਕੱਦ ਜਿਹੜਾ ਠੀਕ ਉਹਦਾ ਹੁੰਦਾ, ਦੁੱਧ ਉਹ ਠੀਕ ਦਿੰਦੀ ਹੈ। ਠੀਕ ਹੈ, ਅਤੇ ਨਸਲ ਅੱਛੀ ਹੈ, ਦੁੱਧ ਚੰਗਾ ਕਰਦੀ ਹੈ। ਦੁੱਧ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦਿੰਦੀ ਹੈ? ਜ਼ਿਆਦਾ ਤੋਂ ਜ਼ਿਆਦਾ 30-32 ਕਿਲੋ ਦੇ ਏਡ ਗੇੜ ਕਰ। ਸਰ, ਇਹ ਜਿਹੜੀ ਤੁਹਾਡੇ ਕੋਲ ਗਾਵਾਂ ਦੀ ਨਸਲ ਹੈ, ਪਿਓਰ ਹੈ ਜਾਂ ਕਿ ਕਰਾਸ ਹੈ? ਜਿਹੜੀ ਅੱਧੀ ਜੇ ਉਹ ਕਰਾਸ ਜੇ, ਅੱਧੀ ਜਿਹੜੀ ਜੇ ਉਹ ਪਿਓਰ ਹੈ। ਅਤੇ ਪਿਓਰ ਗਰਮੀਆਂ ਵਿੱਚ ਮਸਲਾ ਨਹੀਂ ਕਰਦੀਆਂ? ਨਹੀਂ, ਉਹ ਅਸੀਂ ਪੱਖੇ ਉੱਤੇ ਲਾਏ ਹੁੰਦੇ ਨੇ। ਪੱਖੇ ਦੇ ਇਲਾਵਾ ਕੋਈ ਖੁਰਾਕ ਵਿੱਚ ਵੀ ਤਬਦੀਲੀ ਕਰਦੇ ਹੋ? ਖੁਰਾਕ 'ਚ ਵੀ ਠੰਡੀਆਂ ਸ਼ੈਵਾਂ ਦੇ ਦਿੰਦੀਆਂ ਜੇ। ਅਤੇ ਠੰਡੀਆਂ ਚੀਜ਼ਾਂ ਵਿੱਚ ਕੀ ਖਿਲਾਉਂਦੇ ਹੋ ਉਹਨਾਂ ਨੂੰ? ਤਾਰਾ ਮੀਰਾ। ਇਸ ਤੋਂ ਇਲਾਵਾ ਤਾਰਾ ਮੀਰੇ ਤੋਂ ਇਹ ਵੇ ਕੋਈ ਕੋਈ ਪਾਊਡਰ ਜਿਹੜੇ ਨੇ ਉਹ ਸਟੋਰਾਂ ਤੋਂ ਮਿਲਦੇ ਨੇ ਜੀ, ਉਹ ਦੇਈਦੇ ਨੇ ਇਹਨਾਂ ਨੂੰ। ਠੀਕ ਹੈ ਜੀ। ਇਸ ਤੋਂ ਇਲਾਵਾ ਸਰ, ਤੁਹਾਡੀਆਂ ਜਿਹੜੀਆਂ ਮੱਝਾਂ ਦੀ ਨਸਲ ਹੈ ਉਹਨਾਂ ਦਾ ਅਸੀਂ ਜਿਹੜਾ ਨਾ ਪੁੱਛਾਂਗੇ ਕਿ ਉਹਨਾਂ ਦੀ ਕੀ ਖੂਬੀ ਹੈ ਅਤੇ ਕੀ ਪਹਿਚਾਣ ਹੈ? ਉਹਨਾਂ ਦੀ ਖੂਬੀ ਤੁਹਾਨੂੰ ਦੱਸਿਆ ਕਿ ਆਰਫਾਲੇ ਦੀ ਮੈਂ ਜਿਹੜੀ ਹੈ ਨਾ, ਉਹ ਇੱਕ ਵਾਰੀ ਆ ਕੇ ਪਾਣੀ ਲਾਗ ਹੁੰਦਾ ਉਹਨਾਂ ਨੂੰ। ਅੱਛਾ, ਫਿਰ ਉਹ ਆਸਤਾ ਆਸਤਾ ਮਹੀਨੇ ਸੈੱਟ ਹੋ ਜਾਂਦੀਆਂ ਨੇ। ਅਤੇ ਪਾਣੀ ਲਾਗ ਦਾ ਕੋਈ ਟੀਕੇ ਲਾਈਦੇ ਨੇ? ਇਹ ਟੀਕੇ ਦਾ ਕੋਈ ਨਾਮ ਹੁੰਦਾ? ਟੀਕੇ ਫਾਰਸੀ ਟੀਕੇ ਲਾਈਦੇ ਜੇ, ਪੈਰਾਮਾਈਸੀਨ ਲਾ ਲਓ, ਹਾਂਜੀ, ਪਾਲਮਕਸ ਲਾ ਲਓ, ਇਹ ਲਾ ਲਓ ਦੇਈਦੇ ਨੇ। ਠੀਕ ਹੈ ਜੀ। ਸਰ, ਤੁਹਾਡਾ ਜਾਨਵਰਾਂ ਦਾ ਕਾਫੀ ਜ਼ਿਆਦਾ ਤਜਰਬਾ ਹੈ, ਜਿਹੜੀ ਸਭ ਤੋਂ ਅੱਛੀ ਨਸਲ ਦੀ ਮੈਂ ਵੇ ਜੀ, ਉਹਦੀ ਕੀ ਖੂਬੀ ਹੁੰਦੀ ਹੈ, ਕੀ ਪਹਿਚਾਣ ਹੁੰਦੀ ਹੈ ਜਿਹੜੀ ਮੈਂ ਜ਼ਿਆਦਾ ਦੁੱਧ ਦਿੰਦੀ ਹੈ? ਜ਼ਿਆਦਾ ਮੱਝ ਦੁੱਧ ਜਿਹੜੀ ਹੈ ਨਾ, ਤੁਹਾਨੂੰ ਦੱਸਿਆ ਕਿ 3 ਨਸਲ ਦੀ ਮੱਝ ਜਿਹੜੀ ਉਹ ਦੁੱਧ ਅੱਛਾ ਦਿੰਦੀ ਹੈ, ਚੀਚਾ ਵਤਨੀ, ਆਰਫ ਵਾਲਾ ਅਤੇ ਇਹ ਜਿਹੜੀ ਹੈ ਤਾਂਦਲਾ। ਇਹ 3 ਨਸਲ ਦੀ ਮੱਝ ਜਿਹੜੀ ਉਹ ਦੁੱਧ ਚੰਗਾ ਦਿੰਦੀ। ਅਤੇ ਇਹਨਾਂ ਦੀ ਕੀ ਖੂਬੀ ਹੈ, ਕੀ ਪਹਿਚਾਣ ਹੈ, ਆਮ ਬੰਦੇ ਨੂੰ ਕਿੰਝ ਪਤਾ ਚੱਲੇਗਾ ਕਿ ਇਹ ਮੈਂ ਉਹ ਨਸਲ ਦੀ? ਇਹਨਾਂ ਦਾ ਕੱਦ ਦਰਮਿਆਨਾ ਹੁੰਦਾ ਹੈ, ਨਸਲ ਇਹਨਾਂ ਦੀ ਚੰਗੀ ਹੁੰਦੀ ਹੈ, ਮਾਨਾ ਸ਼ਾਨਾ ਠੀਕ ਹੁੰਦਾ, ਥਣ ਠੀਕ ਹੁੰਦੇ ਨੇ, ਇਹ ਪਹਿਚਾਣ ਇਹਨਾਂ ਦੀ ਹੁੰਦੀ ਹੈ। ਅਤੇ ਨੀਲੀ ਰਾਵੀ ਦੇ ਬਾਰੇ 'ਚ ਕੀ ਖਿਆਲ ਜੇ? ਲੋਕ ਤਾਂ ਕਹਿੰਦੇ ਨੇ ਨੀਲੀ ਦੀ ਮੈਂ ਨੰਬਰ 1 ਨੇ। ਨੀਲੀ ਦੀ ਮੈਂ ਨਾ ਹਾਂ ਕਦੀ ਆਉਂਦੀ ਜੇ, ਨਾ ਸਾਨੂੰ ਪਤਾ ਜੇ, ਉਹ ਦੱਸਦੇ ਨੇ ਕਿ ਸੁਣਿਆ ਆਇਆ ਸੀ ਕਿ ਨੀਲੀ ਦੀ ਮਾਂ ਚੇਂਗੜੀ ਹੁੰਦੀ ਹੈ। ਤੁਸੀਂ ਅੱਜ ਤੱਕ ਕੋਈ ਮੱਝ ਰੱਖੀ ਨਹੀਂ ਨੀਲੀ ਦੀ? ਨਹੀਂ ਨਹੀਂ, ਆਹ ਨਹੀਂ ਆਉਂਦੀ। ਕੀ ਵਜ੍ਹਾ ਵੇ ਅੱਜ ਕੱਲ੍ਹ ਨੀਲੀ ਦੀਆਂ ਮੱਝਾਂ ਕਿਉਂ ਘੱਟ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ ਹੌਲੀ ਹੌਲੀ? ਵੇਖੋ ਨਾ, ਹੁਣ ਇਹ ਜਿਹੜੇ ਨਾ ਛੁਰੀ ਜਿਹੜੀ ਇਹ ਲਈ ਜਾਂਦੀ ਹੈ, ਜਿਹੜੇ ਮੱਝ ਕੋਲ ਲਿਆਉਂਦਾ ਵੀ ਇਹ ਨਸਲੀ ਜਦੋਂ ਟੱਪਦੀ ਉਹ ਛੁਰੀ ਵਾਲਿਆਂ ਨੂੰ ਲੋਕ ਦਿੰਦੇ ਨੇ, ਅੱਗੋਂ ਫਿਰ ਤਾਜ਼ੀ ਮੱਝ ਲੈ ਆਉਂਦੇ, ਇਹ ਹਿਸਾਬ ਬਣ ਗਿਆ। ਅੱਛਾ ਅੰਕਲ ਜੀ, ਇੱਕ ਅਹਿਮ ਸਵਾਲ ਪੁੱਛਾਂਗਾ, ਇਨਸਾਨ ਨੂੰ ਕਾਰੋਬਾਰ ਜਿਹੜਾ ਵੇ ਉਹ ਖੰਗੜਾ ਮੱਝਾਂ ਨੂੰ ਕਰਨਾ ਚਾਹੀਦਾ ਵੇ ਕਿ ਡਾਇਰੈਕਟ ਜਿਹੜਾ ਵੇ ਉਹ ਜਿਹੜੀ ਸੂਈ ਮੱਝਾਂ ਲਿਆਉਣੀ ਚਾਹੀਦੀ? ਨਾ ਨਾ, ਖੰਗੜੀ ਮੱਝ ਦਾ।
ਜਿਹੜੇ ਨਵੇਂ ਦੋਸਤ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਇਹ ਤਜਰਬਾ ਕਰਨਾ ਚਾਹੀਦਾ। ਕੀ ਵਜ੍ਹਾ? ਇਹਦੀ ਵਜ੍ਹਾ ਇਹ ਵੇਖਾਂਗੜੀ ਮਾਈ ਤੁਸੀਂ ਲਓ ਦੇ ਉਹ ਲਕਸਾਵਾ ਦੀ ਮੇਲੇ ਦੀ ਜਿਹੜੀ ਤਾਜ਼ੀ ਲਓ ਦੇ ਉਹ ਤੁਹਾਨੂੰ 250 ਤੋਂ ਥੱਲੇ ਨਹੀਂ ਮਿਲਣ ਲੱਗੀ। ਉਹ ਸਾਜ ਤੁਹਾਡੇ ਪੈਸੇ ਨਹੀਂ ਪੂਰੇ ਕਰ ਸਕਦੀ। ਅੱਛਾ ਠੀਕ ਹੈ, ਅਤੇ ਇਹ ਵੇ ਬਿਹਤਰ ਕਿ ਖੰਗੜੀ ਮਾਈ ਲਓ। ਅੱਛਾ ਅੰਕਲ ਜੀ, ਇੱਕ ਚੰਗੀ ਨਸਲ ਜਿਹੜੀ ਮੱਝ ਹੈ ਉਹ ਇੱਕ ਜਿਹੜੀ ਮੱਝ ਉਹ ਕਿੰਨੇ ਦੀ ਮਿਲ ਜਾਂਦੀ ਹੈ? ਉਹ ਚੰਗੀ ਇਸ ਟਾਈਮ ਜਿਹੜੀ ਲੈ ਰਹੇ ਹੋ ਤੁਸੀਂ ਉਹ 3 ਤੋਂ 3.5 ਤੱਕ ਹੋ ਸਕਦੀ, ਇਸ ਤੋਂ ਥੱਲੇ ਨਹੀਂ ਮਿਲਦੀ ਜਿਹੜੀ ਅੱਛੀ ਮੱਝ ਹੈ। ਸਹੀ ਹੋ ਗਿਆ, 3 ਤੋਂ 3.5 ਦੀ ਅਗਰ ਇੱਕ ਅਸੀਂ ਮੱਝ ਲਿਆਉਂਦੇ ਹਾਂ ਉਹ ਕਿੰਨੀ ਦੇਰ ਦੁੱਧ ਦੇਗੀ? ਉਦੋਂ ਤੁਹਾਨੂੰ 6 ਮਹੀਨੇ 7 ਫਿਰ ਘੱਟ ਜਾਏਗੀ। ਸਰ ਤੁਸੀਂ ਮਾਸ਼ਾਅੱਲਾ ਪਹਿਲੇ 10 ਮੱਝਾਂ ਤੋਂ ਕੰਮ ਸ਼ੁਰੂ ਕੀਤਾ ਸੀ, ਇਸ ਟਾਈਮ ਕਾਫੀ ਰੌਣਕ ਲੱਗੀ ਹੈ, ਤੁਸੀਂ ਇਹ ਕੰਮ ਵਿੱਚ ਕਾਮਯਾਬ ਹੋ। ਜੀ ਜੀ, ਕੁਛ ਲੋਕ ਨਾਕਾਮ ਵੀ ਹੁੰਦੇ ਨੇ, ਤੁਹਾਡੀ ਕਾਮਯਾਬੀ ਦੀ ਕੀ ਵਜ੍ਹਾ? ਨਾਕਾਮ ਉਹ ਬੰਦੇ ਹੁੰਦੇ ਨੇ ਜਿਹੜਾ ਆਪਣੇ ਹੱਥੀਂ ਨਹੀਂ ਕਰਦੇ, ਨਾਕਾਮ ਉਹ ਬੰਦੇ ਹੁੰਦੇ ਨੇ ਜਿਹੜੇ ਸਿਰਫ ਮੁਲਾਜ਼ਮਾਂ ਤੇ ਰਹਿੰਦੇ। ਜੀ ਜੀ, ਤੇ ਤੁਸੀਂ ਖੁਦ ਕਰਦੇ ਹੋ ਪਿਆ ਜਾਂ ਮੁਲਾਜ਼ਮ? ਖੁਦ ਕਰਨੇ ਨਾ, ਮੁਲਾਜ਼ਮ ਨਾਲ ਆਪੀ ਖੁਦ ਕਰਨੇ। 40 ਜਾਨਵਰਾਂ ਵਾਸਤੇ ਕਿੰਨੇ ਮੁਲਾਜ਼ਮ ਨੇ ਤੇ ਤੁਸੀਂ ਆਪੀ ਕਿੰਨੇ ਭਾਈ ਹੋ? ਅਸੀਂ 2 ਭਾਈਆਂ 2 ਭਤੀਜੇ ਨੇ, 2 ਮੁਲਾਜ਼ਮ ਨੇ। ਠੀਕ ਹੈ, ਯਾਨੀ ਕਿ 6 ਤੁਸੀਂ ਬੰਦੇ ਆ? ਠੀਕ, 6 ਬੰਦੇ ਮਿਲ ਕੇ ਤੁਸੀਂ ਆਹ ਕੰਮ ਜਿਹੜਾ ਨਾ ਚਲਾ ਰਹੇ ਹੋ, ਤੇ ਸਰ ਇਹਨਾਂ ਦਾ ਜਿਹੜੇ ਚਾਰੇ ਦਾ ਬੰਦੋਬਸਤ ਹੈ ਤੁਸੀਂ ਆਪਣੀ ਜ਼ਮੀਨ ਹੈ ਜਾਂ ਕਿ ਠੇਕੇ ਤੇ ਕੀਤਾ? ਨਹੀਂ ਨਹੀਂ, ਆਪਣੀ ਜ਼ਮੀਨ ਦਾ ਕਰ। 40 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? 7 ਕਿੱਲੇ ਇਸ਼ਟਾਲਾ ਜੇ, 5 ਕਿੱਲੇ ਕਣਕ ਜੇ। ਅੱਛਾ, 12 ਕਿੱਲੇ ਤੂੜੀ ਜੇ। ਹਾਂਜੀ, ਤੂੜੀ ਕਿੰਨੀ ਸਟੋਰ ਕਰਦੇ ਹੋ ਸਾਲ ਦੀ? ਤੂੜੀ ਅਸੀਂ ਕਮ ਸੇ ਕਮ ਕੋਈ 900 ਮਨ ਕਰਦੇ ਹਾਂ ਸਾਲ ਦੀ। ਜੀ, ਮੰਡਾ ਕਿੰਨਾ ਇਸਤੇਮਾਲ ਕਰਾਉਂਦੇ ਇਹਨਾਂ ਨੂੰ? ਮੰਡਾ ਰੋਜ਼ਾਨਾ ਦੇ 1 ਤੋੜਾ ਜੇ ਫੀਡ ਵਾਲਾ, 2 ਤੋੜੇ ਚੌਖਰ ਜੇ ਫੀਡ ਦੇ, ਜੇ ਸਜਰੀਆਂ ਨੂੰ ਪਾਉਂਦੇ ਹਾਂ ਨੈਸ਼ਨਲ ਮੰਡਾ। ਜੀ, ਜਿਹੜੀ ਖੰਗੜੀ ਉਹ ਘੱਟ ਕਰ ਲੈਂਦੀ। ਅੱਛਾ, ਅਗਰ ਸਰ ਜਾਨਵਰ ਕੋਲੋਂ ਦੁੱਧ ਜ਼ਿਆਦਾ ਲੈਣਾ ਹੋਏ ਤੇ ਉਹਦੀ ਖੁਰਾਕ ਕਿਸ ਕਿਸਮ ਦੀ ਹੋਣੀ ਚਾਹੀਦੀ, ਉਹਨੂੰ ਕੀ ਖਿਲਾਇਆ ਪਿਲਾਇਆ ਜਾਏ ਕਿ ਦੁੱਧ ਜ਼ਿਆਦਾ ਦੇ? ਵੇਖੋ, ਜਿਸ ਵੇਲੇ ਡੰਗਰ ਸੂਣ ਵਾਲਾ ਹੁੰਦਾ ਉਹਨੂੰ ਘਿਓ ਦੇਵੋ, ਤੇਲ ਛਿਲ ਦੇਵੋ, ਫਿਰ ਉਹ ਡੰਗਰ ਜੇ ਸੂਪੇ ਤੇ ਉਹ ਦੁੱਧ ਠੀਕ ਦਿੰਦਾ। ਅੱਛਾ ਜੀ, ਯਾਨੀ ਕਿ ਜਦੋਂ ਉਹ ਸੂਣ ਦੇ ਕਰੀਬ ਹੁੰਦਾ ਉਹਦੀ ਉਦੋਂ ਹੀ ਤਿਆਰੀ ਅੱਛੀ ਕਰੋ? ਹਾਂਜੀ ਬਿਲਕੁਲ ਠੀਕ ਹੈ। ਸੂਣ ਵਾਲੇ ਡੰਗਰ ਨੂੰ ਤੁਸੀਂ ਕੋਈ ਨਹੀਂ ਦਿੰਦੇ ਤੇ ਉਹ ਫਿਰ ਸੂ ਕੇ ਕੱਖ ਨਹੀਂ ਦੇਣ ਲੱਗਦਾ, ਤੇ ਉਹਦੀ ਅੱਛੀ ਤਿਆਰੀ ਕਿੰਜ ਘਿਓ ਤੇ ਤੇਲ ਨਾਲ ਹੀ ਹੋ ਸਕਦੀ ਜਾਂ ਕਿ ਕੁਛ ਹੋਰ ਪਾਓ ਨਾ ਉਹਨੂੰ? ਅੱਛਾ, ਪਾਓ ਵੜੇਵੇਂ ਪਾਓ। ਠੀਕ ਹੈ, ਉਹ ਇਹ ਸੂਣ ਤੋਂ ਪਹਿਲਾਂ ਤਿਆਰ ਹੋ ਜਾਏ ਡੰਗਰ। ਜੀ, ਅੱਛਾ ਉਹਦੀ ਸਿਹਤ ਹੋ ਜਾਏ, ਸੂ ਕੇ ਦੁੱਧ ਠੀਕ ਦਿੰਦਾ ਜਾਂ ਜ਼ਾਹਿਰ ਸੂ ਕੇ ਡੰਗਰ ਕਮਜ਼ੋਰ ਹੁੰਦਾ। ਜੀ ਜੀ ਜੀ, ਤੇ ਸਰ ਤੁਸੀਂ ਆਪਣੇ ਜਾਨਵਰਾਂ ਦੀ ਕੀ ਰੂਟੀਨ ਰੱਖੀ ਹੈ, ਇਹਨਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ? ਅਸੀਂ ਇਹ ਰੋਜ਼ਾਨਾ ਸਿਆਲ 'ਚ ਤੇਲ ਦੇਈਦੇ ਆ ਜੇ ਤਿਲਾਂ ਦਾ, ਗਰਮੀਆਂ 'ਚ ਸਰ੍ਹੋਂ ਦਾ ਦੇਈਦਾ। ਅੱਛਾ, ਤਿਲਾਂ ਤੇਲ ਦੀ ਕੀ ਵਜ੍ਹਾ ਹੈ? ਤਿਲਾਂ ਦਾ ਤੇਲ ਇਹ ਵੇ ਨਾ ਜਿਸ ਤਰ੍ਹਾਂ ਬੰਦਾ ਦੇਸੀ ਘਿਓ ਖਾਂਦਾ ਨਾ, ਇਸੇ ਤਰ੍ਹਾਂ ਇਹ ਮੱਝ ਜਿਹੜੀ ਹੈ ਇਹਨੂੰ ਤਿਲਾਂ ਦਾ ਤੇਲ ਦਈਏ, ਗਾਂ ਨੂੰ ਦਈਏ, ਮੱਝ ਨੂੰ ਦਈਏ, ਇਹਦੇ ਵਾਸਤੇ ਬਿਹਤਰ ਨਹੀਂ ਹੁੰਦਾ? ਸਰਦੀ ਜਿਹੜੀ ਹੈ ਇੰਨੀ ਮਹਿਸੂਸ ਨਹੀਂ ਕਰਦਾ। ਤੇ ਗਰਮੀ ਵਿੱਚ ਸਰ੍ਹੋਂ ਦਾ ਤੇਲ ਅੱਛਾ ਹੁੰਦਾ? ਸਰ੍ਹੋਂ ਦਾ ਤੇਲ ਉਹ ਦਹੀਂ 'ਚ ਦੇਵੋ, ਉਹ ਬਿਹਤਰ ਰਹਿੰਦਾ। ਠੀਕ ਹੈ, ਅਤੇ ਇਸ ਤੋਂ ਇਲਾਵਾ ਸਰ ਚਾਰੇ ਦੇ ਵਿੱਚ ਤੂੜੀ ਵਿੱਚ ਤੁਸੀਂ ਇਹਨਾਂ ਨੂੰ ਕੀ ਖਿਲਾ ਰਹੇ ਹੋ? ਚਾਰੇ 'ਚ ਤੂੜੀ ਅਤੇ ਵੰਡਾ ਹੀ, ਬਸ ਇਹ ਦੋ ਵਿੱਚ ਤਰੇ ਵਿੱਚ ਚੀਜ਼ਾਂ ਇਹ ਦੋਵੇਂ ਟਾਈਮ ਹੀ ਰੂਟੀਨ ਰੱਖੀ ਹੈ। ਹਾਂਜੀ। ਅੱਛਾ ਅੰਕਲ ਜੀ, ਤੁਸੀਂ ਆਪਣੇ ਜਾਨਵਰਾਂ ਦੀ ਸੁਬਹ ਤੋਂ ਲੈ ਕੇ ਸ਼ਾਮ ਤੱਕ ਰੂਟੀਨ ਕੀ ਰੱਖੀ ਹੈ? ਰੂਟੀਨ ਇਹ ਤੁਹਾਨੂੰ ਦੱਸਿਆ ਨਾ ਕਿ ਵੰਡਾ, ਪੱਠੇ, ਤੂੜੀ, ਇਹ ਤਰੇ ਛੀਮਾਂ। ਅੱਛਾ ਸਰ, ਮਾਸ਼ਾਅੱਲਾ ਤੁਹਾਡੇ ਕੋਲ ਜਾਨਵਰਾਂ ਦਾ ਕਾਫੀ ਤਜਰਬਾ ਹੈ, ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਸ ਟਾਈਮ ਸਾਡੇ ਜਾਨਵਰ ਜਿਹੜੇ ਨੇ, ਗਾਈਆਂ ਜਿਹੜੀਆਂ ਜੀ ਉਹ 5 ਦੇ ਰਹੀਆਂ ਨੇ, ਮੱਝਾਂ ਜਿਹੜੀਆਂ ਜੇ ਉਹ ਕੋਈ 15 ਕੁ ਦੇ ਰਹੀਆਂ ਜੀ।
ਯਾਨੀ 20 ਜਾਨਵਰ ਦੁੱਧ ਦੇ ਰਹੇ ਨੇ, 20 ਜਾਨਵਰਾਂ ਦਾ ਰੋਜ਼ਾਨਾ ਤਾਂ ਕਿੰਨਾ ਦੁੱਧ ਹੋਈ ਜਾਂਦਾ? ਇਹ ਏਰੀਆ ਇਹਦਾ ਪੱਕਾ ਨਹੀਂ ਤੇ ਹੋ ਸਕਦਾ, ਇਹ ਕਿਸੇ ਵੇਲੇ ਵੱਧ ਕਿਸੇ ਵੇਲੇ ਘੱਟ। ਅੱਛਾ ਠੀਕ ਹੈ, ਇਹਨਾਂ ਦੇ ਅੰਦਰ ਕੋਈ ਤੁਲ ਮੇਨ ਕੇ ਨਹੀਂ ਪਾਇਆ ਹੁੰਦਾ। ਜੀ ਜੀ, ਇਹ ਵੀ ਬੇਜ਼ਬਾਨ ਮਾਲ ਹੈ, ਕੋਈ ਵੱਧ ਖੁਸ਼ ਹੋ ਕੇ ਮਿਲ ਪਿਆ ਉਦੋਂ ਜ਼ਿਆਦਾ ਦੇ ਹੜਿਆ, ਜਾਂ ਥੋੜ੍ਹਾ ਜਿਹਾ ਨਾ ਖੁਸ਼ ਹੋਈ ਉਦੋਂ ਘੱਟ ਦੇ ਹੜਿਆ। ਜੀ ਜੀ, ਹਿਸਾਬ ਹੁੰਦਾ। ਅਤੇ ਅੰਦਾਜ਼ਨ ਕਿੰਨਾ ਕੇ ਲਾਦਨ ਹੈ? ਕੋਈ 2 ਕਿਲੋ ਦਾ ਫਰਕ ਪੈ ਜਾਂਦਾ, ਹੋਰ ਜ਼ਿਆਦਾ ਨਹੀਂ ਪੈਂਦਾ। ਬਿਮਾਰੀਆਂ ਇਹਨਾਂ ਦਾ ਬਿਮਾਰੀ ਇਹਨਾਂ ਨੂੰ ਇਹ ਚੰਦਰੀ ਹੋ ਗਈ, ਬਹਾਰ ਹੋ ਗਿਆ, ਠੀਕ ਹੈ, ਜਾਂ ਉਹ ਇੱਕ ਅੱਲਾ ਮਾਫੀ ਦੇ ਮੁੱਕਰ ਦਾ ਆਉਂਦਾ ਵਾਇਰਸ, ਜਾਂ ਕੂੜ ਦੀ ਬਿਮਾਰੀ ਹੁੰਦੀ, ਐਸਾ ਉਹ ਹੁੰਦੀ ਹੈ, ਤੇ ਉਹਦੇ ਨਾਲ ਜਿਹੜਾ ਉਹ ਥੋੜੀ ਜਿਹੀ ਬਿਮਾਰੀ ਲੰਮੀ ਹੋ ਜਾਂਦੀ ਹੈ, ਮਹੀਨੇ ਦੂਰ ਤੇ ਜਾ ਡੰਗਰ ਨੂੰ ਪਾਉਂਦੀ ਹੈ। ਤੇ ਚੰਦਰੀ ਤੇ ਜਿਹੜਾ ਬੁਖਾਰ, ਇਹਦਾ ਕੋਈ ਦੇਸੀ ਇਲਾਜ? ਦੇਸੀ ਇਲਾਜ ਉਹਦਾ ਤੁਹਾਨੂੰ ਦੱਸਿਆ, ਮਿਰਚਾਂ ਹੀ ਹੈ ਚੰਦਰੀ ਦਾ। ਜੀ, ਸਬਜ਼ ਮਿਰਚਾਂ? ਹਾਂ, ਸਬਜ਼ ਮਿਰਚਾਂ ਨਹੀਂ, ਹਰੀ ਮਿਰਚ, ਸਬਜ਼ ਮਿਰਚ ਸਬਜ਼ ਨਹੀਂ, ਲਾਲ ਮਿਰਚ, ਸੋਰੀ, ਲਾਲ ਮਿਰਚ ਜਿਹੜੀ ਹੈ ਨਾ, ਉਹਨੂੰ ਇਹ ਵੇ ਕਿ ਤੁਸੀਂ ਘਿਓ 'ਚ ਭੁੰਨ ਲਓ, ਭੁੰਨ ਕੇ ਤੇ ਉਹਨਾਂ ਨੂੰ ਦਿਓ। ਦਾਦਰ, ਸੋਰੀ, ਲਾਲ ਮਿਰਚ ਦੋ ਕਿਸਮ ਦੇ, ਦਾਦਰ ਤੇ ਬਰੀਕ, ਕਿਹੜੀ ਇਸਤੇਮਾਲ ਕਰਨੀ ਚਾਹੀਦੀ? ਨਹੀਂ, ਲਾਲ ਮਿਰਚ ਜਿਹੜੀ ਹੈ ਨਾ, ਇਹ ਜਿਹੜੀ ਹੈ ਨਾ ਦਾਦੜ, ਇਹਨੂੰ ਘਿਓ 'ਚ ਭੁੰਨ ਲਓ, ਇੱਕ ਬਾਅਦ ਦੇ ਕਾਗਜ਼ 'ਚ ਵਲੇਟ ਕੇ ਖੁਸ਼ ਕਰਕੇ ਦੇ ਦਿਓ, ਅਤੇ ਜਿਹੜੀ ਵੇ ਨਾ ਸਾਬਤ ਲਾਲ, ਉਹਨੂੰ ਤੁਸੀਂ ਉਬਾਲ ਲੈਣਾ ਪਾਣੀ ਦੇ ਵਿੱਚ, ਉਬਾਲ ਕੇ ਅਤੇ ਫਿਰ ਤੁਸੀਂ ਉਹਨੂੰ ਦੁੱਧ 'ਚ ਪਾ ਕੇ ਦੇ ਲੈਣਾ। ਅੱਛਾ ਅੰਕਲ ਜੀ, ਜਿਹੜਾ ਡੰਗਰ ਦੁੱਧੋਂ ਨਹੀਂ ਟੁੱਟਦਾ ਕੋਈ ਵੀ, ਉਹਨੂੰ ਕੀ ਦੇਣਾ ਚਾਹੀਦਾ? ਉਹਨੂੰ ਅਲਸੀ ਦੀਆਂ ਖੀਰਾਂ ਦਿਓ। ਅਲਸੀ ਦੀਆਂ ਖੀਰਾਂ ਜੀ, ਕਿੰਨੀ ਮਿਕਦਾਰ ਦੇਣੀ ਚਾਹੀਦੀ ਹੈ ਅਤੇ ਕਿੰਨੇ ਦਿਨ ਦੇਣੀ ਚਾਹੀਦੀ? ਪਾਟਾ ਹੋਏ, ਪਾਟਾ 8 ਦਿਨ ਤੋਂ ਵੱਧ ਨਾ ਦਿਓ, 8 ਦਿਨ ਦਿਓ। ਕਿਸ ਟਾਈਮ ਦੇਣੀ ਚਾਹੀਦੀ ਹੈ? ਉਹਨੂੰ ਸ਼ਾਮ ਦੇ ਟਾਈਮ। ਸ਼ਾਮ ਦੇ ਟਾਈਮ ਜੀ। ਅੱਛਾ, ਇਸ ਤੋਂ ਇਲਾਵਾ ਜਿਹੜੇ ਡੰਗਰਾਂ ਨੂੰ ਬਾਦੀ ਹੁੰਦੀ ਹੈ, ਉਹਨਾਂ ਨੂੰ ਕੀ ਦੇਣਾ ਚਾਹੀਦਾ? ਬਾਦੀ ਇਹ ਮਿਰਚ ਤੋਂ ਇਲਾਵਾ ਹੋਰ ਕੋਈ ਸ਼ੈ ਨਹੀਂ ਬਾਦੀ ਗੁਣਦੀ। ਇਸ ਤੋਂ ਇਲਾਵਾ ਤੁਸੀਂ ਆਪਣੇ ਜਾਨਵਰਾਂ ਦਾ ਕੋਈ ਐਸਾ ਦੇਸੀ ਇਲਾਜ ਜਿਹੜਾ ਖੁਦ ਕਰ ਸਕਦੇ ਹੋ? ਖੁਦ ਅਸੀਂ ਇਹੀ ਕਰਦੇ ਹਾਂ, ਮੱਛ ਛੱਟ ਦਾ ਇਲਾਜ ਕਰਦੇ ਜੀ, ਇਸ ਤੋਂ ਇਲਾਵਾ ਹੋਰ ਹਾਂ ਤੇ ਕਦੀ ਸੱਦਿਆ ਨਹੀਂ। ਤਾਂ ਬੜਾ ਅਹਿਮ ਸਵਾਲ ਪੁੱਛਣ ਲੱਗਾ, ਇਹ ਦੱਸੋ ਕਿ ਜ਼ਮੀਨ ਤੁਹਾਡੀ ਆਪਣੀ ਚਾਰਾ ਘਰ ਦਾ, ਵੰਡਾ ਵਗੈਰਾ ਤੁਸੀਂ ਮੁੱਲ ਲੈਂਦੇ ਹੋ? ਅਗਰ ਚਾਰਾ ਘਰ ਦਾ ਹੋਏ, ਵੰਡਾ ਬਾਜ਼ਾਰੋਂ ਬੰਦਾ ਲੈ, ਤੇ ਇੱਕ ਮੈਂ ਉੱਤੇ ਕਿੰਨਾ ਖਰਚਾ ਆਈ ਜਾਂਦਾ? ਚਾਰਾ ਜੇ ਲਓ ਨਾ ਮੁੱਲ ਤੁਸੀਂ, ਤੇ ਫਿਰ ਤੇ ਬਚਤ ਕੋਈ ਨਹੀਂ, ਘਰ ਦਾ ਇਹ ਮਹਿਸੂਸ ਨਹੀਂ ਹੁੰਦਾ, ਕਮ ਸੋ ਕਮ ਜਿਹੜਾ ਨਾ ਮੱਝ ਉਹ ਰੁਪਈਆ 700-800 ਖਾ ਜਾਂਦੀ ਹੈ ਰੋਜ਼ਾਨਾ ਦਾ, 300-400 ਤੋਂ ਮਨ ਪੱਠੇ ਨੇ, ਤੂੜੀ ਹੈ ਉਹ 600 ਤੋਂ ਮਨ ਹੈ, ਜਿਹੜੀ ਹਲਕੀ ਹੈ ਜੇ ਸੁਥਰੀ ਲਓ 700 ਤੋਂ ਮਨ ਹੈ, ਠੀਕ ਹੈ। ਅਤੇ ਇਹ ਵੇ ਹੁਣ ਜਿਹਨੇ ਮੁੱਲ ਕਰਨਾ ਨਾ ਲੈ ਕੇ ਉਹ ਘੱਟ ਜਾ ਰਿਹਾ। ਅੱਛਾ, ਉਹਨੇ ਵਾਰੀ ਚ, ਠੀਕ ਹੈ ਜੀ। ਅਤੇ ਅਗਰ ਪੱਠੇ ਘਰ ਦੇ ਨੇ ਤਾਂ ਫਿਰ ਕਿੰਨਾ ਖਰਚਾ? ਫਿਰ ਇਹ ਹੀ ਸਮਝ ਲਓ ਅੱਧ ਪੱਚਾ ਖਰਚਾ ਆ ਗਿਆ, ਅੱਧਾ ਕੋਈ ਵੱਧ ਜਾਂਦਾ ਬੰਦੇ ਨੂੰ, ਇਹ ਚੀਜ਼ ਹੋ ਜਾਂਦੀ ਹੈ, ਉਹਨੂੰ ਮਹਿਸੂਸ ਨਹੀਂ ਹੁੰਦਾ। ਉਹ ਜੇ ਪੱਠਿਆਂ ਦਾ ਹਿਸਾਬ ਲਾਈਏ ਤਾਂ ਫਿਰ ਉਹ ਜਿਹੜਾ ਨਾ, ਫਿਰ ਇਹ ਪੂਰਾ ਪੂਰੀ ਕੰਮ ਹੁੰਦਾ, ਸਮਝ ਆਈ ਜੇ? ਜੀ ਜੀ, ਹੁੰਦਾ। ਮਾਸ਼ਾਅੱਲਾ, ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪੇ, ਜੀ ਜੀ, ਉਹਨਾਂ ਦਾ ਜ਼ੇਹਨ ਇਹ ਜਾਨਵਰਾਂ ਦਾ ਕਾਰੋਬਾਰ ਸ਼ੁਰੂ ਕਰਨਾ, ਜਾਨਵਰਾਂ ਦਾ ਕਰਨਾ, ਤੇ ਉਹ ਮੇਰੇ ਵਾਸਤੇ, ਉਹਨਾਂ ਵਾਸਤੇ ਮਸ਼ਵਰਾ ਇਹ ਹੀ ਕਿ ਉਹ ਖੰਗਲੇ ਡੰਗਰ ਲੈਣ, ਖੂਨ ਵਾਲੇ ਹੋਣ, ਉਹ ਤਿਆਰ ਕਰਕੇ ਵੇਚ ਛੱਡਣ, ਉਹਨਾਂ ਦੀ ਇਹ ਵੇ ਬੱਚਤ ਆ ਜਾਏ, ਯਾਨੀ ਦੁੱਧ ਦਾ ਕਾਰੋਬਾਰ ਨਾ ਕਰਨ, ਦੁੱਧ ਦਾ ਕਾਰੋਬਾਰ 'ਚ ਕੋਈ ਬਚਤ ਨਹੀਂ। ਅੱਛਾ, ਝੋਟੀਆਂ ਵੱਲ ਲਵਾ ਕੇ ਉਹਨਾਂ ਨੂੰ, ਵੇਖੋ ਨਾ ਰੇਟ ਕੋਈ ਨਹੀਂ, 100 ਰੁਪਈਏ ਕਿਲੋ ਰੇਟ ਹੈ ਦੁਕਾਨਾਂ ਦੇ, 100 ਅੱਗੋਂ ਡੇਰਿਆਂ ਦੇ 100, ਅਤੇ ਇਹਦੀ ਬੱਚਤ ਕੀ ਆ ਸਕਦੀ? 2.5-3 ਲੱਖ ਦੀ ਮੱਝ ਬੰਦਾ ਲਏ, 100 ਰੁਪਈਏ ਕਿਲੋ ਦੁੱਧ ਦੇ, 6-7 ਮਹੀਨੇ ਡੰਗਰ ਦੁੱਧ ਦਿੰਦਾ, ਅਤੇ ਅੱਗੋਂ ਕੀ ਕਰੇਗਾ? ਅੱਗੋਂ ਤਾਂ ਫਿਰ ਪੱਲੇ ਵੀ ਪਾਉਣਾ। ਜੀ ਅੰਕਲ ਜੀ, ਬਹੁਤ ਸ਼ੁਕਰੀਆ, ਮਾਸ਼ਾਅੱਲਾ ਬਹੁਤ ਕੀਮਤੀ ਤੁਹਾਨੂੰ ਗੱਲਾਂ ਦੱਸੀਆਂ ਨੇ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।